ਪਟਿਆਲਾ ਦੇ ਵਿੱਚ ਪੂਰੇ ਪੰਜਾਬ ਦੀ ਤਰ੍ਹਾਂ ਪਿਛਲੇ ਸਾਲ 11 ਜੁਲਾਈ ਨੂੰ ਭਾਰੀ ਹੜ੍ਹ ਆਈ ਸੀ ਅਤੇ ਸਭ ਤੋਂ ਵੱਧ ਮਾਰ ਪਈ ਸੀ ਪਟਿਆਲਾ ਜ਼ਿਲ੍ਹੇ ਨੂੰ, ਪਟਿਆਲਾ ਸ਼ਹਿਰ ਨੂੰ, ਅਰਬਨ ਸਟੇਟ ਨੂੰ ਅਤੇ ਕਈ ਹੋਰ ਕਲੋਨੀਆਂ ਨੂੰ। ਪਟਿਆਲਾ ਦੇ ਵਿੱਚ ਹੜ੍ਹਾਂ ਦੀ ਜਿਹੜੀ ਸਭ ਤੋਂ ਵੱਧ ਮਾਰ ਹੈ ਉਹ ਉਦੋਂ ਪੈਂਦੀ ਹੈ ਜਦੋਂ ਪੰਜਾਬ ਦੇ ਵਿੱਚ ਮੀਂਹ ਪੈਂਦਾ ਅਤੇ ਹਿਮਾਚਲ ਦੇ ਵਿੱਚ ਪਏ ਮੀਂਹ ਦਾ ਪਾਣੀ ਮਿਲ ਕੇ ਕਈ ਨਦੀਆਂ 'ਚ ਆ ਜਾਂਦਾ। ਮੈਂ ਇਸ ਵੇਲੇ ਪਟਿਆਲਾ ਦੀ ਵੱਡੀ ਨਦੀ 'ਤੇ ਮੌਜੂਦ ਹਾਂ। ਹਾਲਾਤ ਉਹੀ ਨੇ। ਹਾਲਾਤ ਕੀ ਨੇ ਕਿ ਤੁਸੀਂ ਦੇਖੋ, ਜਿੱਥੇ ਤੱਕ ਸਾਡੇ ਕੈਮਰੇ ਦੀ ਨਜ਼ਰ ਜਾਂਦੀ ਹੈ ਤੁਹਾਨੂੰ ਇਸ ਨਦੀ ਦੇ ਵਿੱਚ ਬੂਟੀ ਜੰਮੀ ਹੋਈ ਨਜ਼ਰ ਆਊਗੀ। ਇਹ ਉਹ ਬੂਟੀ ਹੈ, ਜੇ ਤਕਨੀਕੀ ਤੌਰ 'ਤੇ ਦੇਖੀਏ ਕਿ ਜਦੋਂ ਮੀਂਹ ਪੈਂਦਾ ਤਾਂ ਇਹ ਜਿਹੜੀ ਬੂਟੀ ਹੈ ਉਸ ਪਾਣੀ ਨੂੰ ਰੋਕ ਲੈਂਦੀ ਹੈ। ਪਾਣੀ ਪਿੱਛੋਂ ਆਉਂਦਾ, ਪਿੱਛੋਂ ਪਾਣੀ ਇਸ ਬੂਟੀ ਨੂੰ ਧੱਕਾ ਮਾਰਦਾ ਤਾਂ ਜਿਹੜੀ ਬੂਟੀ ਹੈ, ਜਿਹੜੇ ਪੁਲ ਬਣੇ ਨੇ ਉਹਨਾਂ ਦੇ ਵਿੱਚ ਫਸ ਜਾਂਦੀ ਹੈ ਅਤੇ ਪਿਛਲਾ ਜਿਹੜਾ ਪਾਣੀ ਹੈ ਇਹਨਾਂ ਕਲੋਨੀਆਂ ਨੂੰ ਮਾਰ ਕਰਦਾ, ਜਿਸ ਕਰਕੇ ਲੋਕਾਂ ਦੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਪਿਛਲੇ ਸਾਲ ਜਦੋਂ 11 ਜੁਲਾਈ ਨੂੰ ਪੰਜਾਬ ਦੇ ਵਿੱਚ ਮੀਂਹ ਆਏ ਤਾਂ ਸਭ ਤੋਂ ਵੱਧ ਨੁਕਸਾਨ ਪਟਿਆਲਾ ਦੇ ਅਰਬਨ ਸਟੇਟ ਅਤੇ ਪਿੰਡਾਂ ਦਾ ਹੋਇਆ। ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਗਲੇ ਸਾਲ ਅਜਿਹਾ ਕੁਝ ਨਹੀਂ ਹੋਏਗਾ ਅਤੇ ਪਟਿਆਲੇ ਦੇ ਵਿੱਚ ਪਾਣੀ ਨਹੀਂ ਰੁਕੂਗਾ, ਕੋਈ ਮਾਰ ਨਹੀਂ ਪਊਗੀ। ਤੁਸੀਂ ਦੇਖੋ ਕਿ ਮੇਰੇ ਨਾਲ ਇਸ ਨਦੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਮੌਜੂਦ ਨੇ, ਉਹ ਵੀ ਇੱਥੇ ਸਾਨੂੰ ਦੇਖ ਕੇ ਆ ਕੇ ਆਪਦੀ ਵਿਅਥਾ ਦੱਸਣ ਆਏ ਨੇ ਕਿ ਪਿਛਲੇ ਸਾਲ ਕੀ ਹੋਇਆ ਅਤੇ ਹੁਣ ਕਿੰਨਾ ਕੁ ਇਹਨਾਂ ਨੂੰ ਖੌਫ ਹੈ ਬਾਰਿਸ਼ਾਂ ਦਾ। ਵੀਰ ਜੀ, ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਅਸਮਾਨਪੁਰ ਜੀ, ਪਿੰਡ ਅਸਮਾਨਪੁਰ ਦਾ ਮੈਂ ਸਾਬਕਾ ਸਰਪੰਚ ਹਾਂ ਜੀ। ਅਤੇ ਨਦੀ ਦਾ ਜਿਹੜਾ ਬਹੁਤ ਮਾੜਾ ਹਾਲ ਆ, ਨਦੀ ਦੀ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ। ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਬਾਹਰ ਨਿਕਲ ਕੇ ਇੱਕ ਵਾਰੀ, ਇੱਕ ਦਿਨ ਤੁਸੀਂ 2 ਘੰਟੇ ਲਾ ਕੇ ਨਾ ਸਾਰੇ ਰੋਡਾਂ ਦੇ ਉੱਤੇ ਜਾ ਕੇ ਪੁਲਾਂ ਦੀ ਨਿਗਾਹ ਕਰ ਲਓ। ਕਈ ਨਦੀਆਂ ਦੇ ਪੁਲ ਵੀ, ਜਿਵੇਂ ਡਕਾਲਾ ਰੋਡ ਦਾ ਪੁਲ ਆ ਜਿਹੜਾ ਪਿੱਛੋਂ ਪਾਣੀ ਆਉਂਦਾ ਜ਼ਿਆਦੇ, ਉਹ ਡਕਾਲਾ ਰੋਡ ਦੇ ਪੁਲ ਦੇ ਵਿੱਚ ਕਰੋਸਿੰਗ ਨਹੀਂ ਹੁੰਦੀ, ਇਸ ਕਰਕੇ ਪਾਣੀ ਜਿਹੜਾ ਫਲੱਡ ਦੇ ਰੂਪ ਦੇ ਵਿੱਚ ਸਨੌਰ ਸਬਜ਼ੀ ਮੰਡੀ ਵਾਲੇ ਪਾਸੇ ਨੂੰ ਬਾਹਰ ਨਿਕਲ ਜਾਂਦਾ, ਉਹੀ ਫਿਰ ਕਈ ਪਿੰਡਾਂ ਦੇ ਵਿੱਚ ਜਾ ਕੇ ਬੜਾ ਨੁਕਸਾਨ ਕਰਦਾ। ਤੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਵੇਂ ਥੋੜ੍ਹੇ ਸਮੇਂ ਵਾਸਤੇ ਨਿਕਲੋ, ਰੋਡ 'ਤੇ ਨਿਕਲ ਕੇ ਪੁਲਾਂ ਦੇ ਵਿੱਚ ਕੋਲ ਜਾ ਕੇ ਜਾਂ ਨਦੀ ਦੇ ਰੋਡ ਦੇ ਉੱਪਰ ਜਾ ਕੇ ਦੇਖੋ ਵੀ ਉੱਥੇ ਹਾਲਾਤ ਕੋਈ ਕੋਈ ਕੰਮ ਹੋਇਆ, ਮੀਂਹ ਸ਼ੁਰੂ ਹੋ ਗਏ ਨੇ। ਬਿਲਕੁਲ ਜੀ, ਆਹ ਹੁਣ ਤੁਹਾਡੇ ਸਾਹਮਣੇ ਹੀ ਆ, ਅਸੀਂ ਵੀ ਸਾਰਾ ਦਿਨ ਸੜਕਾਂ 'ਤੇ ਫਿਰਦੇ ਹਾਂ, ਰੋਡ 'ਤੇ ਰਹਿੰਦੇ ਹਾਂ, ਪਰ ਕੋਈ ਸਫਾਈ ਨਹੀਂ ਹੋਈ। ਮੈਂ ਸਵੇਰੇ ਕਾਰਪੋਰੇਸ਼ਨ ਦੇ ਦਫ਼ਤਰ ਵਾਲੇ ਪਾਸੇ ਤੋਂ ਲੰਘ ਰਿਹਾ ਸੀਗਾ, ਉੱਥੇ ਮੈਂ ਉਹ ਨਾਲੇ ਦੇ ਵਿੱਚ ਦੇਖਿਆ ਕਿ ਢੇਰੀਆਂ ਲੱਗੀਆਂ ਪਈਆਂ ਨੇ, ਇਕੱਠਾ ਜ਼ਰੂਰ ਕਰਤਾ ਉੱਥੋਂ ਮਲਵਾ ਗੰਦਗੀ ਦਾ ਵਿੱਚੋਂ, ਪਰ ਉਹ ਬਾਹਰ ਨਹੀਂ ਕੱਢਿਆ। ਜਦੋਂ ਹੜ੍ਹ ਆਇਆ ਉਹ ਫਿਰ ਉਹ ਪਾਣੀ ਨੂੰ ਰੋਕੂਗਾ, ਪਾਣੀ ਰੋਕ ਕੇ ਬਾਹਰ ਕਲੋਨੀਆਂ 'ਚ ਵੜੇਗਾ। ਤੁਸੀਂ ਵੀ ਇੱਥੇ ਰਹਿੰਦੇ ਹੋ? ਹਾਂਜੀ। ਕਿੰਨੀ ਕੁ ਮਾਰ ਪਈ ਸੀ, ਕਿੰਨਾ ਕੁ ਡਰ ਹੈ ਜਦੋਂ ਹੁਣ ਮੀਂਹ ਪੈਂਦਾ? ਬਹੁਤ ਡਰ ਹੈ ਜੀ, ਬਹੁਤ ਜ਼ਿਆਦਾ ਡਰ ਹੈ। ਡਰ ਨੁਕਸਾਨ ਹੋ ਗਿਆ ਜੀ, ਬੈੱਡ ਬੁੱਡ ਸਭ, ਸਮਾਨ ਸਮੂਨ ਸਭ ਭਿੱਜ ਗਿਆ ਸੀ, ਇਲੈਕਟ੍ਰੋਨਿਕ ਜਿਹੜਾ ਵੀ ਆ ਸਾਰਾ ਸਮਾਨ ਭਿੱਜ ਗਿਆ ਸੀ। ਹਾਂਜੀ, ਹੁਣ ਡਰ ਲੱਗਦਾ, ਹੁਣ ਡਰ ਲੱਗਦਾ ਜਦੋਂ ਮੀਂਹ ਆਉਂਦਾ? ਹਾਂਜੀ, ਹੁਣ ਲੱਗਦਾ ਡਰ ਵੀ ਨੁਕਸਾਨ ਨਾ ਹੋਵੇ ਸਾਡਾ ਜੀ। ਠੀਕ ਹੈ। ਸੋ ਖੌਫ ਹੈ ਜਿਹੜਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਹੈ। ਸਰਕਾਰ ਤੋਂ ਇਹੀ ਮੰਗ ਕਰਦੇ ਨੇ ਕਿ ਇਹਨਾਂ ਨਦੀਆਂ ਦੀ, ਖਾਸ ਤੌਰ 'ਤੇ ਵੱਡੀ ਨਦੀ ਦੇ ਬੰਨੇ ਮਜ਼ਬੂਤ ਕੀਤੇ ਜਾਣ ਅਤੇ ਇਹਦੀ ਸਫਾਈ ਕੀਤੀ ਜਾਵੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਡਰੇਨੇਜ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਕਾ ਦੁੱਕਾ ਇੱਥੇ ਗੇੜਾ ਮਾਰਦੇ ਨੇ, ਪਰ ਨਾ ਤਾਂ ਪੁੱਡਾ, ਕਿਉਂਕਿ ਪੁੱਡਾ ਦੀ ਜ਼ਿੰਮੇਵਾਰੀ ਹੈ ਕਿ ਅਰਬਨ ਸਟੇਟ ਦੇ ਵਿੱਚ ਜਿਹੜੇ ਸਾਈਫਨ ਨੇ ਉਹਨਾਂ ਦਾ ਹੱਲ ਵੀ ਤੁਹਾਨੂੰ ਦਿਖਾਵਾਂਗੇ ਕਿ ਸਾਈਫਨਾਂ ਦੇ ਉੱਪਰ ਇੰਨੇ ਨਜਾਇਜ਼ ਕਬਜ਼ੇ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿ ਜੇਕਰ ਹੁਣ ਵੱਡੀ ਨਦੀ ਅਰਬਨ ਸਟੇਟ ਨੂੰ ਮਾਰ ਕਰੂਗੀ ਤਾਂ ਉਹਦਾ ਜਿਹੜਾ ਪਾਣੀ ਹੈ ਅੱਗੇ ਜਾਣ ਦੀ ਬਜਾਏ ਉੱਥੇ ਰੁਕ ਕੇ ਅਰਬਨ ਸਟੇਟ ਨੂੰ ਡੁਬਾਉਣ ਦੇ ਵਿੱਚ ਆਪਣਾ ਰੋਲ ਅਦਾ ਕਰੂਗਾ। ਦੇਖੋ ਜੀ, ਹਾਲਤ ਦੇਖੀਏ ਤੁਸੀਂ, ਜਿੱਥੇ ਮਿੱਟੀ ਸਿੱਟੀ ਹੋਈ ਹੈ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਪਿਛਲੇ ਸਾਲ ਜੋ ਪਟਿਆਲੇ ਨਾਲ ਹੋਇਆ ਉਹ ਦੁਬਾਰਾ ਨਾ ਹੋਏ, ਰੱਬ ਕਰੇ। ਪਰ ਉਹਦੇ ਵਾਸਤੇ ਤਿਆਰੀ ਤਾਂ ਰੱਖਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ। ਇੱਥੇ ਤੁਸੀਂ ਦੇਖ ਰਹੇ ਹੋ, ਉੱਥੇ ਉਹ ਸਾਰਾ ਝਾੜ ਬਣਿਆ ਹੋਇਆ ਬੜੀ ਨਦੀ 'ਚ। ਮੈਂ ਇੱਕ ਕੱਲ੍ਹ ਦੇਖਿਆ ਹੈਗਾ JCP ਚੱਲਦਾ, ਉਹ ਵੀ ਪਾਣੀ ਵਿੱਚ ਨਹੀਂ ਹੈ, ਸਾਈਡ ਬੰਦ ਕਰ ਰਿਹਾ ਪਤਾ ਨਹੀਂ।
ਔਰ ਇੱਥੇ ਦੇਖੋ ਮਿੱਟੀ ਅੰਦਰ ਸਿੱਟੀ ਹੋਈ ਹੈ। ਜਦੋਂ ਬੜੀ ਨਦੀ 'ਚ ਜ਼ਿਆਦਾ ਪਾਣੀ ਆ ਜਾਂਦਾ ਉਹ ਬੈਕ ਮਾਰ ਕੇ ਛੋਟੀ ਨਦੀ 'ਚ ਆਉਂਦਾ ਹੈਗਾ ਔਰ ਐਂਡ ਤੱਕ ਇੱਕ ਸਿਸਟਮ ਪੁਲੀ ਸਿਸਟਮ ਬਣਿਆ ਹੋਇਆ ਜਿਹੜਾ ਉਹ ਪੁਲੀ ਖੋਲਦੇ ਨੇ ਉਹਦੇ ਵਿੱਚੋਂ ਦੀ ਪਾਣੀ ਲੰਘਦਾ ਹੈਗਾ। ਕਿਵੇਂ ਨਿਕਲੇਗਾ ਪਾਣੀ ਇੱਥੋਂ? ਇਹ ਸਾਰੇ ਘਰ ਡੁੱਬ ਜਾਣਗੇ ਜਿਹੜੇ ਇੱਥੇ ਨੇ। ਉੱਧਰ ਤਾਂ ਜਾਏਗਾ ਹੀ ਜਾਏਗਾ, ਗੋਪਾਲ ਕਲੋਨੀ ਵਗੈਰਾ, ਜਦੋਂ ਇਹ ਇਹਨਾਂ ਨੇ ਸਫਾਈ ਨਹੀਂ ਕੀਤੀ ਸਾਰੇ ਵੱਡੇ ਨਾਲੇ ਦੇ ਛੋਟੇ ਦੇ। ਔਰ ਸਾਡਾ ਸੈਂਟਰ ਦਾ ਨਾਲਾ ਜਿਹੜਾ ਮੇਨ ਸੂਏਜ ਦਾ ਸੈਂਟਰ ਸ਼ਹਿਰ 'ਚ, ਉਹ ਵੀ ਨਹੀਂ ਸਾਫ਼ ਕੀਤਾ, ਪਾਈ ਸਾਰੀਆਂ ਨਾਲੀਆਂ ਭਰੀਆਂ ਪਈਆਂ ਨੇ। ਇਸ ਤਰ੍ਹਾਂ ਕਿਵੇਂ ਕੰਮ ਚੱਲੇਗਾ? ਦੇਖੋ ਪਿਛਲੀ ਵਾਰੀ CM ਆਏ ਸੀਗੇ, ਉਹਨਾਂ ਨੇ ਛੋਟੀ ਰਾਈ ਮਾਜਰਾ ਔਰ ਗੋਪਾਲ ਕਲੋਨੀ ਜਾ ਕੇ ਲੋਕਾਂ ਨੂੰ ਕਿਹਾ ਸੀਗਾ ਅਸੀਂ ਤੁਹਾਡੇ ਮੁਰਗੇ ਤੱਕ ਵਾਪਸ ਕਰਾਂਗੇ। ਹੋਰ ਤਾਂ ਛੱਡੋ, ਕੁਛ ਕੁਛ ਨਹੀਂ ਕੀਤਾ, ਨਾ ਮੁਆਵਜ਼ਾ ਦਿੱਤਾ ਨਾ ਕੁਛ ਉਹਨਾਂ ਲੋਕਾਂ ਵਾਸਤੇ ਕੀਤਾ। ਮੈਮ ਥੋੜਾ ਜਿਹਾ ਇਹ ਵੀ ਸਮਝਾ ਦਿਓ, ਇਹ ਕਿਹੜਾ ਪ੍ਰੋਜੈਕਟ ਹੈ, ਕਿਸ ਦੇ ਅੰਡਰ ਦੇ ਵਿੱਚ ਹੁੰਦਾ ਹੈ ਔਰ ਕਿਹੜੀ ਸਕੀਮ ਦੇ ਅੰਡਰ ਤੇ ਕਿਹਨੂੰ ਹੁੰਦਾ ਔਰ ਕੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ? ਇਹ ਪੂਰਾ ਸਰਕਾਰ ਦਾ ਬਣਿਆ ਹੋਇਆ ਹੈ, ਕੈਪਟਨ ਸਾਹਿਬ ਦੇ ਟਾਈਮ ਸ਼ੁਰੂ ਕੀਤਾ ਸੀਗਾ। ਔਰ ਜਿਹੜਾ ਬੜੀ ਨਦੀ ਹੈ ਦੂਜਾ ਪਾਸਾ ਵੀ ਉੱਚਾ ਕਰਨਾ ਸੀਗਾ ਪਰ ਸਰਕਮਸਟੈਂਸਿਸ ਉਹ ਹੋ ਗਏ ਕਿ ਕੈਪਟਨ ਸਾਹਿਬ ਨੂੰ ਹਟਾ ਤਾ, ਤਾਂ ਇਹ ਉਸ ਤੋਂ ਬਾਅਦ ਇਹਨਾਂ ਨੇ ਕੱਖ ਨਹੀਂ ਕੀਤਾ। ਹੁਣ ਇੱਥੇ ਪਤਾ ਨਹੀਂ ਪੁੱਲ ਬਣਾ ਰਹੇ ਨੇ, ਕੀ ਬਣਾ ਰਹੇ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ। ਮੈਂ ਉਹੀ ਤਾਂ ਕਹਿ ਰਹੀ ਹਾਂ ਜੀ, ਕੁਛ ਨਹੀਂ ਕੀਤਾ ਪਿਛਲੇ ਸਾਲ ਤੋਂ, ਕੁਛ ਨਹੀਂ ਸਿੱਖਿਆ ਇਹਨਾਂ ਨੇ। ਮੈਂ ਪਿਛਲੇ ਵਾਰੀ ਪਿੰਡਾਂ 'ਚ ਵੀ ਗਈ ਸੀ। ਇਹ ਜਿਹੜਾ ਸਾਰਾ ਪੰਜਾਬ ਗਵਰਨਮੈਂਟ ਦਾ ਪੈਸਾ ਆਇਆ ਸੀਗਾ ਅਤੇ ਉਹਨਾਂ ਨੇ ਲਗਵਾਇਆ ਸੀਗਾ ਇੱਥੇ, ਅਤੇ ਡਿਊਟੀ ਕਿਸ ਦੀ ਬਣਦੀ ਹੈ ਦੱਸੋ? ਇੱਥੇ ਨਾਲ ਹੀ ਉਹ ਇਹਨਾਂ ਦੇ ਉਹ ਬਣਿਆ ਜਿੱਥੇ ਇਹ ਬਣਾ ਰਹੇ ਨੇ, ਜਿੱਥੇ ਇਹਨਾਂ ਦੇ ਟਰੱਕ ਟਰੁੱਕ ਖੜ੍ਹੇ ਨੇ, ਉਹਨਾਂ ਦੀ ਡਿਊਟੀ ਨਹੀਂ ਬਣਦੀ ਇਹਨੂੰ ਠੀਕ ਕਰਨ ਲਈ? ਮੈਮ ਤੁਹਾਡੇ ਟਾਈਮ ਕਿੰਨਾ ਕੁ ਕੰਮ ਜਿਹੜਾ ਰਹਿ ਗਿਆ ਸੀਗਾ ਜਿਹੜਾ ਅੱਗੇ ਉਹਨਾਂ ਨੇ ਟੇਕ ਓਵਰ ਕਰਨਾ ਸੀਗਾ? ਇਹ ਬੜੀ ਨਦੀ ਛੋਟੀ ਦਾ ਰਹਿ ਗਿਆ ਸੀਗਾ ਔਰ ਵਾਟਰ ਸਪਲਾਈ ਉਹ ਵੀ ਬੰਦ ਪਈ ਹੈ, ਉਹਦੇ ਵਾਸਤੇ ਵੀ 150 ਕਰੋੜ ਆਉਣ ਵਾਲਾ ਹੈਗਾ ਔਰ ਉਹ ਵੀ ਪੰਜਾਬ ਗਵਰਨਮੈਂਟ ਤੋਂ ਆਉਣਾ ਹੈ। ਜਿਹੜਾ ਸੈਂਟਰ ਦਾ ਸੀਗਾ ਉਹ ਆ ਚੁੱਕਾ ਸੀਗਾ ਸਾਰਾ। ਸੋ ਇਹ ਵੱਡੇ ਪ੍ਰੋਜੈਕਟ ਨੇ ਪਟਿਆਲੇ ਵਾਸਤੇ, ਤੁਹਾਨੂੰ ਪਤਾ ਪਟਿਆਲੇ ਦਾ ਪੀਣ ਵਾਲੇ ਪਾਣੀ ਦਾ ਕਿੰਨਾ ਬੁਰਾ ਹਾਲ ਹੋਇਆ ਹੋਇਆ। ਸੋ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਸੈਂਟਰ ਤੋਂ ਪੈਸੇ ਲੈ ਕੇ ਆਈਏ, ਜਿੱਥੋਂ ਲੈ ਕੇ ਆਈਏ, ਕਿ ਪਾਣੀ ਦਾ ਪ੍ਰੋਜੈਕਟ ਸਾਡਾ ਬੰਦ ਹੋਏ। ਔਰ ਇਹ ਕੰਮ ਦੇਖੋ ਮੈਂ ਤੁਹਾਨੂੰ ਦਿਖਾਤਾ ਹੈਗਾ, ਤੁਹਾਡੇ ਅੱਖਾਂ ਸਾਹਮਣੇ ਹੈਗਾ, ਇਹ ਕਿ ਨਹੀਂ ਅਸੀਂ ਬੋਲੀ ਜਾ ਰਹੇ ਹੋਈ। ਸੜਕਾਂ ਨੂੰ ਵੀ ਲੈ ਕੇ ਵੀ ਭਾਅ ਜੀ ਦੱਸਿਆ ਜਾਂਦਾ ਕਿ ਫਰਕਾਂ ਪੁਰਾਣੀਆਂ, ਪਹਿਲਾਂ ਮੀਂਹ ਪੈਂਦਾ ਸੀ ਉਸ ਟਾਈਮ ਵੀ ਲੋਕ ਕਰਦੇ ਸੀ, ਅੱਜ ਵੀ ਹੋਈ ਹਾਲ ਹੈ ਪਟਿਆਲੇ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ, ਉਹਦੇ ਬਾਰੇ ਵੀ ਕਹਿੰਦੇ? ਦੇਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਹਾਂ, ਮੈਂ ਹੁਣ ਦੇਖਿਆ 2 ਸਾਲਾਂ 'ਚ ਕਿਤੇ ਨਹੀਂ ਕੁਛ ਹੋਇਆ। ਇਹ ਸਾਰੇ ਲੋਕ ਖੜ੍ਹੇ ਨੇ, ਇਹਨਾਂ ਨੂੰ ਵੀ ਪਤਾ ਹੈਗਾ ਜਿੱਥੇ ਤੁਸੀਂ ਜਾਓ ਉਵੇਂ ਹੀ ਕੰਮ ਖੜ੍ਹਾ ਜਿੱਥੇ ਛੱਡਿਆ ਹੋਇਆ ਸੀ। ਮੈਂ ਵੀ ਮੰਗਦੇ ਹੋ ਕਿ ਨਗਰ ਨਿਗਮ ਦਾ ਭੰਗ ਰਹਿਣਾ ਵੀ ਕਿਤੇ ਨਾ ਕਿਤੇ ਚੋਣਾਂ ਹੋ ਰਹੀਆਂ ਨੇ, ਲੇਟ ਹੋ ਰਹੀਆਂ ਨੇ? ਬਿਲਕੁਲ ਲੇਟ ਹੋ ਰਹੀਆਂ ਨੇ ਚੋਣਾਂ ਔਰ ਕਮਿਸ਼ਨਰ ਕੁਛ ਨਹੀਂ ਕਰਦੇ। 2 ਕਮਿਸ਼ਨਰ ਆ ਚੁੱਕੇ ਨੇ ਜਿਹੜੇ ਅੱਜ ਕਮਿਸ਼ਨਰ ਨੇ, ਮੈਨੇ ਉਹਨਾਂ ਨਾਲ ਗੱਲ ਕੀਤੀ ਸੀ ਜਿਸ ਦਿਨ ਪ੍ਰਾਈਮ ਮਿਨਿਸਟਰ ਆਏ ਸੀਗੇ, ਉੱਥੇ ਮਿਲੇ ਸੀ ਮੈਨੂੰ। ਮੈਂ ਕਿਹਾ ਪਲੀਜ਼ ਨਾਲੀਆਂ ਸਾਫ਼ ਕਰਵਾ ਲਓ ਨਹੀਂ ਤਾਂ ਸ਼ਹਿਰ 'ਚ ਬੁਰਾ ਹਾਲ ਹੋਏਗਾ। ਅਤੇ
ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ। ਮੈਮ ਡੀ ਸੀ ਸਾਹਿਬ ਨੂੰ ਦੁਬਾਰਾ ਮਿਲਣਗੇ ਹੁਣ ਜੀ, ਜਿਸ ਤਰ੍ਹਾਂ ਦੇ ਨਾਲ ਹੁਣ ਪਹਿਲੀ ਬਰਸਾਤ ਹੋਈ ਹੈ ਪ੍ਰੀ ਮੌਨਸੂਨ ਦੀ ਅਤੇ ਹਾਲਾਤ ਭਿਆਨਕ ਦਿਖੇਣਗੇ, ਅਤੇ ਹੁਣ ਡੀ ਸੀ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋਵੇ? ਮੈਂ ਡੀ ਸੀ ਸਾਹਿਬ ਨਾਲ ਗੱਲ ਕਰਾਂਗੇ, ਪਹਿਲੇ ਵੀ ਕੀਤੀ ਸੀਗੀ ਔਰ ਕਮਿਸ਼ਨਰ ਨਾਲ ਵੀ ਕੀਤੀ ਸੀਗੀ, ਅਸੀਂ ਫਿਰ ਕਰਾਂਗੇ। ਪ੍ਰਸ਼ਾਸਨ ਦਾ ਇਸ ਵੱਲ ਧਿਆਨ ਕਿਉਂ ਨਹੀਂ, ਕਿਉਂ ਦਿਖਦਾ ਨਹੀਂ ਪ੍ਰਸ਼ਾਸਨ ਨੂੰ ਇਹ ਚੀਜ਼ਾਂ? ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜੀ, ਮੈਂ ਕੀ ਕਹਿ ਸਕਦੀ ਹਾਂ ਇਸ ਬਾਰੇ। ਪਰ ਸਰਕਾਰ ਦੇ ਜਿਹੜੇ ਹਲਕੇ ਦੇ MLA ਆ, ਵੱਡੇ ਵੱਡੇ ਦਾਅਵੇ ਕਰ ਰਹੇ ਹਾਂ ਅਸੀਂ, ਵਿਕਾਸ ਕਾਰਜ ਕਰ ਰਹੇ ਹਾਂ ਅਸੀਂ, ਉਹ ਕਰ ਰਹੇ, ਪਰ ਉਹ ਕਿੱਥੇ ਹੈ ਜੀ? ਕਿਆ ਇਹ ਲੋਕਾਂ ਨੂੰ ਉਹ ਕਰ ਰਹੇ ਮਤਲਬ? ਇਹ ਤੁਸੀਂ ਸਵਾਲ ਉਹਨਾਂ ਨੂੰ ਪੁੱਛੋ ਕਿੱਥੇ ਨੇ ਔਰ ਕੀ ਕਰ ਰਹੇ ਨੇ। ਹੁਣ ਪ੍ਰਧਾਨ ਮੰਤਰੀ ਜੀ ਤਾਂ ਸ਼ਿਫਟ ਹੋ ਗਏ ਜਲੰਧਰ, ਕਹਿੰਦੇ ਦੋ ਦਿਨ ਹਫ਼ਤੇ 'ਚ ਉੱਥੇ ਇੱਕ ਮੁੱਖ ਮੰਤਰੀ ਜੀ ਸੋਰੀ ਗਲਤੀ ਹੋ ਗਈ, ਮੁੱਖ ਮੰਤਰੀ ਜੀ ਉੱਥੇ ਸ਼ਿਫਟ ਕਰ ਗਏ ਨੇ ਜਲੰਧਰ, ਕੋਠੀ ਲੈ ਲਈ ਉਹਨਾਂ ਨੇ ਔਰ ਕਹਿੰਦੇ ਨੇ ਕਿ ਉੱਥੇ ਦੋ ਵਾਰੀ ਇਹ ਮੈਨੂੰ ਪਤਾ ਨਹੀਂ, ਪਰ ਦੋ ਕਹਿੰਦੇ ਦੋ ਦਿਨ ਉੱਥੇ ਜ਼ਰੂਰ ਰਿਹਾ ਕਰਨਗੇ ਜਲੰਧਰ। ਉਹਨਾਂ ਨੇ ਇੱਥੇ ਵੀ ਕੋਠੀ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਸਾਡੀ ਇਲੈਕਸ਼ਨਾਂ ਸੀਗੀਆਂ, ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਉੱਥੇ ਚਲੇ ਜਾਣਗੇ ਹੁਣ। ਠੀਕ ਹੈ ਔਰ ਸਰ ਉਹਦੇ ਵਿੱਚ ਇੱਦਾਂ ਹੈਗਾ ਕਿ ਜਿਹੜੀ ਬੜੀ ਨਦੀ ਦਾ ਕੰਮ ਚੱਲ ਰਿਹਾ ਹੈਗਾ ਉਹ ਕੰਟਰੈਕਟਰ ਨੂੰ ਅਸੀਂ ਕਲੀਅਰ ਕੱਟ ਇੰਸਟਰਕਸ਼ਨ ਦੇ ਦਿੱਤੀਆਂ ਨੇ, ਅਤੇ 6 ਤੋਂ 7 ਮਸ਼ੀਨਾਂ ਸਾਡੀਆਂ ਉੱਥੇ ਹੁਣ ਮੌਕੇ ਦੇ ਉੱਪਰ ਜਿਹੜੇ ਵਨਰੇਬਲ ਪੁਆਇੰਟਸ ਨੇ ਜਿੱਥੇ ਮਿੱਟੀ ਲੱਗਣ ਵਾਲੀ ਹੈ ਅਤੇ ਬੈਂਕ ਰੇਜ਼ ਹੋਣ ਵਾਲੇ ਨੇ ਉਹ ਚੱਲ ਰਿਹਾ, ਅਤੇ ਵਿਦਇਨ ਵੀਕ ਉਹਨਾਂ ਨੂੰ ਅਸੀਂ ਦੁਬਾਰਾ ਇੰਸਟਰਕਸ਼ਨ ਕਲੀਅਰ ਕੱਟ ਦੇ ਦਾਂਗੇ ਕਿ ਬਿਫੋਰ ਦੀ ਮੌਨਸੂਨ ਸੀਜ਼ਨ ਤੁਸੀਂ ਇਹਦੀ ਜਿਹੜੀ ਹੈਗੀ ਕਲੀਨਿੰਗ ਇੰਸ਼ੋਰ ਕੀਤੀ ਜਾਵੇ ਜੀ। ਜੀ ਹੋ ਜਾਏਗੀ ਉਹ ਵਿਦਇਨ ਦੀ ਵੀਕ। ਇਸ ਵਾਰੀ ਸਰਕਾਰ ਵੱਲੋਂ ਸਾਡੇ 2-3 ਤਰ੍ਹਾਂ ਦੇ ਹੈੱਡ ਚੱਲਦੇ ਹੈਗੇ ਨੇ, ਜਿਹਦੇ ਵਿੱਚ ਇੱਕ ਨੋਨ ਪਲੈਨ ਹੈੱਡ ਹੈ ਜਿਹਦੇ ਵਿੱਚ ਸਾਡੇ ਪਟਿਆਲਾ ਡਿਸਟ੍ਰਿਕਟ ਦੇ 17 ਕੰਮ ਅਸੀਂ ਪਾਏ ਸੀ ਜਿਹਦੇ ਵਿੱਚ ਸਫਾਈ ਹੋ ਰਹੀ ਹੈ 17 ਕੰਮਾਂ ਦੀ, ਅਤੇ ਉਹਦੇ ਵਿੱਚ 13 ਕੰਮ ਮੌਕੇ ਦੇ ਉੱਪਰ ਪ੍ਰੈਜੈਂਟਲੀ ਚੱਲ ਰਹੇ ਨੇ, 4 ਕੰਮ ਇਨ ਪ੍ਰੋਸੈਸ ਹੈਗੇ ਨੇ, ਤਾਂ ਵਿਦਇਨ 1 or 2 ਡੇ ਉਹ ਵੀ ਚੱਲ ਪੈਣਗੇ। ਇਸ ਤੋਂ ਬਿਨਾਂ ਇਸ ਵਾਰ ਅਸੀਂ ਮਨਰੇਗਾ ਦੇ ਵਿੱਚ 60 ਕੰਮ ਮਨਰੇਗਾ ਦੇ ਵਿੱਚ ਅਸੀਂ ਕਰਵਾ ਰਹੇ ਹੈਗੇ ਹਾਂ। ਅਪਾਰਟ ਫਰੋਮ ਦੈਟ ਅਸੀਂ ਡਿਪਾਰਟਮੈਂਟ ਮਸ਼ੀਨਰੀ ਨਾਲ ਇਸ ਵਾਰੀ ਡਿਪਾਰਟਮੈਂਟ ਨੇ ਇੱਕ ਇਨੀਸ਼ੀਏਟਿਵ ਕੀਤਾ ਆਪਣੀ ਖੁਦ ਹੀ ਮਸ਼ੀਨਰੀ ਲੈ ਕੇ, ਅਤੇ 2 ਕੰਮ ਸਾਡੇ ਡਿਪਾਰਟਮੈਂਟ ਮਸ਼ੀਨਰੀ ਦੇ ਨਾਲ ਪਟਿਆਲਾ ਚੱਲ ਰਹੇ ਨੇ, ਇੱਕ ਫਤਿਹਗੜ੍ਹ ਦੇ ਵਿੱਚ ਵੀ ਚੱਲ ਰਿਹਾ ਹੈਗਾ। ਅਤੇ ਇਸ ਤੋਂ ਬਿਨਾਂ ਸਾਡੇ ਅਸੀਂ SDMF ਦੇ ਵਿੱਚ ਇਸ ਵਾਰੀ ਪ੍ਰੋਜੈਕਟਸ ਬਣਾਏ ਹੈਗੇ ਨੇ, ਜਿਹਦੇ ਵਿੱਚ ਸਾਡੇ 9 ਕੰਮ ਹੈ ਜਿਹੜੇ ਉਹ ਸਾਡੇ SDMF 'ਚ ਪਾਸ ਹੋ ਗਏ ਨੇ, ਜਿਹਦੇ ਵਿੱਚ ਅਸੀਂ ਉਹਨਾਂ ਦੀ ਜਿਹੜੇ ਰਿਵਰਟਮੈਂਟਸ ਹੈ ਜਾਂ ਉਹਨਾਂ ਦੀ ਸਟਰੈਂਥਨਿੰਗ ਕਰਨੀ ਹੈ ਤਾਂ ਅਸੀਂ ਉਹ ਕਰਵਾਵਾਂਗੇ। ਉਹਦੇ ਵਿੱਚੋਂ 4 ਕੰਮਾਂ ਦੇ ਟੈਂਡਰ ਅਸੀਂ ਖੋਲ੍ਹਤੇ ਨੇ ਅਤੇ ਉਹ ਰੇਟ ਪਾਸ ਹੋਣ ਲਈ ਹੈੱਡ ਆਫਿਸ ਗਏ ਨੇ, ਅਤੇ ਰੇਟ ਪਾਸ ਹੁੰਦੀ ਅਸੀਂ ਵਿਦਇਨ ਕਪਲ ਆਫ ਡੇਜ਼ ਉਹ ਸ਼ੁਰੂ ਕਰ ਦਾਂਗੇ। ਜਿਹੜੇ 5 ਕੰਮ ਨੇ ਉਹਨਾਂ ਦੇ ਟੈਂਡਰ 20 ਤਰੀਕ ਨੂੰ ਖੋਲ੍ਹਣੇ ਹੈਗੇ ਸਰ। ਜੀ 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 ਮੈਂ ਉਹਦੇ ਬਾਰੇ ਮੈਂ ਮੇਰੇ ਧਿਆਨ 'ਚ ਅਸੀਂ ਸਾਈਟ ਵਿਜ਼ਿਟਸ ਵੀ ਕੀਤੀਆਂ ਸੀ, ਅਤੇ ਬਟ ਇਹ ਜਿਹੜੀ ਸਿਟੀ ਦੇ ਅੰਦਰ ਕੋਈ ਵੀ ਡਰੇਨੇਜ ਸਿਸਟਮ ਦਾ ਜਾਂ ਤਾਂ ਉਹ ਰੀਜੇ MC ਦੇ ਅੰਡਰ ਹੈ ਤਾਂ ਉਹ MC ਨੇ ਕਰਵਾਉਣੀ ਹੈਗੀ ਹੈ, ਅਤੇ ਜੇ ਉਹ PDA ਦੇ ਅੰਡਰ ਆਉਂਦੀ ਹੈ ਤਾਂ ਉਹ PDA ਨੇ ਉਹਦੇ ਵਿੱਚ ਕਰਵਾਉਣੀ ਹੈਗੀ ਹੈ। ਅਤੇ PDA ਨੂੰ ਅਸੀਂ ਉਦੋਂ ਨਾਲ ਵੀ ਸੀ, ਅਤੇ ਲਾਸਟ ਮੀਟਿੰਗ ਵੀ ਹੋਈ ਸੀ, ਮਾਨਯੋਗ ਮੰਤਰੀ ਸਾਹਿਬ ਡਾਕਟਰ ਬਲਬੀਰ ਜੀ ਨੇ ਮੀਟਿੰਗ ਲਈ ਸੀ, ਉਹਦੇ ਵਿੱਚ PDA ਦੇ ਨੁਮਾਇੰਦੇ ਵੀ ਸੀ, ਅਤੇ DC ਸਾਹਿਬ ਵੱਲੋਂ ਉਹਨਾਂ ਨੂੰ ਸਖ਼ਤ ਹਦਾਇਤਾਂ ਉਦੋਂ ਵੀ ਕਰ ਦਿੱਤੀਆਂ ਗਈਆਂ ਸੀ ਵੀ ਇਹਨਾਂ ਦੀ ਕਲੀਨਿੰਗ ਇੰਸ਼ੋਰ ਕੀਤੀ ਜਾਵੇ ਅਤੇ ਸਮੂਥ ਸ਼ੀਟ ਫਲੋ ਦੀ ਓਬਸਟ੍ਰਕਸ਼ਨ ਨੂੰ ਕਲੀਅਰ ਕੀਤਾ ਜਾਵੇ ਅਤੇ ਕਿਸੇ ਵੀ ਪ੍ਰਕਾਰ ਦੀ ਹੈਗੀ। ਮੇਰੇ ਟੋਟਲ ਇਸ ਟਾਈਮ ਮੌਕੇ ਦੇ ਉੱਪਰ 30 ਨੰਬਰ ਆਫ ਵਰਕਸ ਨੇ ਜਿਹੜੇ ਸਟਾਰਟ ਹੋ ਗਏ ਨੇ, ਐਂਡ 4 ਨੰਬਰ ਆਫ ਵਰਕਸ ਆਰ ਇਨ ਪ੍ਰੋਸੈਸ, ਐਂਡ ਦੈਟ ਵਿਲ ਬੀ ਸਟਾਰਟ ਵਿਦ ਇਨ ਨੈਕਸਟ ਕਪਲ ਆਫ ਡੇਜ਼, ਵਿਦ ਇਨ 2 or 3 ਡੇਜ਼। ਨਹੀਂ, ਲੇਟ ਦੀ ਇੱਦਾਂ ਹੈਗੀ ਕਿਉਂਕਿ ਪਹਿਲਾਂ ਕਿਉਂਕਿ ਇਲੈਕਸ਼ਨਸ ਵੀ ਚੱਲ ਰਹੀਆਂ ਸੀ ਅਤੇ ਸਟਾਫ ਉੱਧਰ ਵੀ ਬਿਜ਼ੀ ਸੀ, ਬਟ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਇਲੈਕਸ਼ਨ ਕਮਿਸ਼ਨ ਤੋਂ ਵੀ ਅਪਰੂਵਲਸ ਲੈ ਕੇ ਅਤੇ ਇਹਨੂੰ ਅਸੀਂ
ਠੀਕ ਹੈ ਇੱਕ ਵੀਕ ਲੇਟ ਹੈ ਬਟ ਉਹਦੇ ਲਈ ਅਸੀਂ ਕੰਟਰੈਕਟਰ ਨੂੰ ਕਹਿਤਾ ਕਿ ਜਿੱਥੇ ਦੋ ਮਸ਼ੀਨਾਂ ਚੱਲਣੀਆਂ ਨੇ ਉੱਥੇ ਤੁਸੀਂ ਚਾਰ ਮਸ਼ੀਨਾਂ ਲਗਾਓ ਅਤੇ ਜਿਹੜਾ ਜੇ ਤੁਸੀਂ 50 ਬੁਰਜਿਆਂ ਦਾ ਕੰਮ ਕਰਨਾ ਅਤੇ 25-25 ਬੁਰਜਿਆਂ ਦੋ ਮਸ਼ੀਨਾਂ ਤੋਂ ਨਾ ਕਰਾ ਕੇ ਅਤੇ ਉਹ 12.5 ਬੁਰਜਿਆਂ ਚਾਰ ਮਸ਼ੀਨਾਂ ਤੋਂ ਕਰਵਾਓ ਅਤੇ ਅਰਾਊਂਡ ਦੀ ਕਲੋਕ ਕੰਮ ਕਰੋ ਅਤੇ ਤਾਂ ਕਿ ਸਾਡਾ 30 ਜੂਨ ਤੱਕ ਉਹ ਕੰਮ ਮੁਕੰਮਲ ਹੋ ਜਾਵੇ ਐਟ ਐਨੀ ਕੋਸਟ। ਮੌਨਸੂਨ ਸਰ ਜਿਹੜੀ ਅਸੀਂ ਆਪਣਾ ਟਾਰਗੇਟ ਰੱਖਦੇ ਹੁੰਦੇ ਹਾਂ ਫਸਟ ਵੀਕ ਆਫ ਜੁਲਾਈ ਰੱਖਦੇ ਹਾਂ, ਜੇ ਆਪਣਾ ਲਾਸਟ ਈਅਰ ਦਾ ਇੰਸੀਡੈਂਟ ਹੋਇਆ ਫਸਟ ਵੀਕ ਆਫ ਜੁਲਾਈ ਹੈਗਾ, ਬਟ ਅਸੀਂ IMD ਦੀ ਰੂਟੀਨ ਦੇ ਵਿੱਚ ਰੈਗੂਲਰ ਦੇਖ ਰਹੇ ਹੈਗੇ ਉਹਨਾਂ ਦੀ ਫੋਰਕਾਸਟਿੰਗ ਜਿਹੜੀ ਵੀ ਆਉਂਦੀ ਹੈ ਅਤੇ ਮੋਨੀਟਰ ਵੀ ਕੀਤਾ ਜਾ ਰਿਹਾ ਉਹਨੂੰ। ਈਵਨ ਆਫਟਰ ਐਵਰੀ 2 ਆਵਰਸ ਅਸੀਂ ਹੁਣ ਉਹ ਆਪਣੇ ਫਲੱਡ ਕੰਟਰੋਲ ਰੂਮਸ ਵੀ ਅਸਟੈਬਲਿਸ਼ ਕਰਦੇ ਨੇ ਅਤੇ ਸਾਰੇ ਰਿਵਰ ਦੇ ਗੇਜਿਸ ਆਫਟਰ ਐਵਰੀ 2 ਆਵਰਸ ਅਸੀਂ ਮੰਗਵਾ ਰਹੇ ਹਾਂ।